ਲਸ਼ਕਾਰਾ ਟੀਵੀ ਕੈਨੇਡਾ ਦੇ ਵਿੱਚ ਸ਼ਮਿੰਤ ਅੱਜ ਇੱਕ ਵਾਰ ਫੇਰ ਆਪਸਰਾਂ ਦਾ ਹਾਰਦਿਕ ਸਵਾਗਤ ਕਰਦਾ ਹੈ ਪਿਆਰ ਦਰਸ਼ਕੋ ਪੰਜਾਬ ਦੇ ਖੇਤਾਂ ਦੇ ਪੁੱਤ ਇਹਨਾਂ ਦਿਨਾਂ ਵਿੱਚ ਇੱਕ ਅੰਦੋਲਨ ਕਰ ਰਹੇ ਨੇ ਇਹ ਅੰਦੋਲਨ ਭਾਰ ਸਰਕਾਰ ਵੱਲੋਂ ਖੇਤੀ ਖਿਲਾਫ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਲੈ ਕੇ ਕੀਤਾ ਜਾ ਰਿਹਾ ਹੈ ਇਸ ਸੰਘਰਸ਼ ਨੂੰ ਇੱਕ ਸਮੇਂ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਦੇਸ਼ ਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਤਰਸ ਤੋਂ ਮਸਨੇ ਹੋ ਰਹੀ ਜਦੋਂ ਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੀ ਤਰ੍ਹਾਂ ਅੜੇ ਹੋਏ ਨੇ ਸਥਿਤੀ ਬਹੁਤ ਹੀ ਜ਼ਿਆਦਾ ਨਾਜ਼ੁਕ ਬਣ ਚੁੱਕੀ ਹੈ ਇਸ ਵਕਤ ਜਦੋਂ ਦੇ ਕਿਸਾਨ ਆਪਣੇ ਘਰ-ਬਾਰ ਛੱਡ ਕੇ ਖੁੱਲੇ ਸਮਾਨ ਹੇਠ ਕੜਾਕੇ ਦੀ ਠੰਡ ਵਿੱਚ ਰਾਤਾਂ گزارਣ ਲਈ ਮਜਬੂਰ ਨੇ ਉਸ ਵੇਲੇ ਗਰਮੀ ਅਲvida ਆਖ ਰਹੀ ਸੀ ਤੇ ਠੰਡ ਦਾ ਆਰੰਭ ਹੋਣ ਜਾ ਰਿਹਾ ਸੀ ਜਦੋਂ ਕਿਸਾਨਾਂ ਨੇ ਆਪਣੇ ਘਰਾਂ ਦੇ ਵਿੱਚੋਂ ਪਹਿਲਾ ਕਦਮ ਇਹ ਸੋਚ ਕੇ ਪੁੱਟਿਆ ਕਿ ਹੁਣ ਇਸ ਘਰ ਵਿੱਚ ਵਾਪਸੀ ਤਾਂ ਹੀ ਹੋਵੇਗੀ ਜੇਕਰ ਇੱਕ ਢਾਲੇ ਕਾਨੂੰਨ ਵਾਪਸ ਹੋਣਗੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਬੇਸਿੱਟਾ ਰਹੀਆਂ 100 100 ਕਿੱਲਿਆਂ ਦੇ ਮਾਲਕ ਖੁੱਲੇ ਸਮਾਨ ਹੇਠ ਤਰਪਾਲਾਂ ਪੱਲੀਆਂ ਦਾ ਟੈਂਟ ਬਣਾ ਕੇ ਕਾਲੀਆਂ ਬੋਲੀਆਂ ਰਾਤਾਂ ਲਈ ਗੁਜ਼ਾਰਨ ਲਈ ਮਜਬੂਰ ਹੋ ਗਏ ਨੇ ਕਾਨੂੰਨ ਦੇ ਘਾੜਿਆਂ ਨੂੰ ਇਹ ਸ਼ੰਕਾ ਸੀ ਕਿ ਇਸ ਸੰਘਰਸ਼ ਵਿੱਚ ਬੈਠੇ ਲੋਕ ਕੁਝ ਦਿਨਾਂ ਬਾਅਦ ਉੱਠੜੇ ਘਰਾਂ ਨੂੰ ਪਰਤ ਜਾਣਗੇ ਸ਼ਾਇਦ ਇਹ ਬਹੁਤ ਵੱਡਾ ਬਹਿਮ ਹੋ ਨਿਪੜਿਆ ਤੇਸ ਹੱਤੇ ਬੋਦੀ ਰਾਤ ਜਦੋਂ ਬਾਜਾਂ ਵਾਲੇ ਮਾਹੀ ਕਲੰਗੀਧਰ ਦਸ਼ਮੇਸ਼ ਪਿਤਾ ਆਪਣੇ ਪਰਿਵਾਰ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਅਲਵਿਦਾ ਆਖ ਜਾਂਦੇ ਨੇ ਅੰਤਾਂ ਦੀ ਠੰਡਿਓਂ ਸ ਰਾਤ ਇਸ ਮੋਰਚ ਦੇ ਜਿਹਾਰੂ ਜੋਦੇ ਆਪਣੇ ਪਿਤਾ ਸ੍ਰੀ ਗੁਰੂ ਗੋਮਨ ਸਿੰਘ ਜੀ ਨੂੰ ਯਾਦ ਕਰਦਿਆਂ ਕੱਟਦੇ ਨੇ ਸਿਰਲਤ ਜੋਧਿਆ ਨੇ ਇਤਿਹਾਸ ਨੂੰ ਚੇਤਿਆਂ ਵਿੱਚ ਸਮਝਿਆ ਹੋਇਆ ਗੁਰੂ ਦੇ ਸਿੱਖ ਕਲੰਗੀਧਰ ਪਾਤਸ਼ਾਹੀ ਦੇ ਪਰਿਵਾਰ ਦੇ ਵਿਛੋੜੇ ਦੀ ਯਾਦ ਤਾਜ਼ਾ ਕਰਦੇ ਨੇ ਹੁਕਮਰਾਨ ਸੋਚਦੇ ਸਨ ਕਿ ਸੰਘਰਸ਼ ਮੱਠਾ ਪੈ ਜਾਵੇਗਾ ਦੂਜੇ ਪਾਸੇ ਉਹਨਾਂ ਦਾ ਇਹ ਮਤ ਗਲਤ ਸਾਬਤ ਹੋ ਰਿਹਾ ਇਹ ਕਿਵੇਂ ਹੋ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਵੀ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਗੁਰੂ ਦੇ ਲਾੜਲੇ ਪੁੱਤ ਕੁਰਬਾਨੀ ਦੇ ਪੁੰਜ ਸਰਬਸਦਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰਨ ਲਈ ਅਮਰਤ ਵੇਲੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੇ ਨੇ ਤੇ ਦਿਨ ਵੇਲੇ ਸੰਘਰਸ਼ ਨੂੰ ਜਮਹੂਰੀਅਤ ਨਾਲ ਲੜਨ ਲਈ ਮੋਰਚੇ ਵਿੱਚ ਜਾ ਬੈਠਦੇ ਨੇ ਜਿਵੇਂ ਜਿਵੇਂ ਠੰਡ ਨਾਲ ਪਾਰਾਂ ਹੇਠਾਂ ਜਾ ਰਿਆ ਸੀ ਸੰਘਰਸ਼ ਜਿੱਤ ਬਰਬਾਦਾ ਜਾ ਰਿਹਾ ਤੇ ਠੰਡ ਤੇ ਅਣਸਖਾਮੀ ਘਟਾਉਣਾ ਨੌਜਵਾਨ ਪੁੱਤਿਆਂ ਦੀਆਂ ਲਾਸ਼ਾਂ ਕਾਂਗਵਾ ਰਹੀਆਂ ਨੇ ਇਸ ਦੁਖਾਂਤ ਨੂੰ ਹੰਡਾਉਣ ਲਈ ਬਹੁਤ ਵੱਡਾ ਜ਼ੀਰਾ ਚਾਹੀਦਾ ਉਹ ਵੀ ਪਹਾੜ ਜਿਡਾ ਜ਼ੀਰਾ ਗੁਰੂ ਦੇ ਖਾਸੇ ਚਮਕੌਰ ਦੀ ਗੜੀ ਵਿੱਚ ਸਹਬਜ਼ਾਦਾ ਅਜੀਤ ਸਿੰਘ ਤੇ ਜਹਾਜ਼ ਸਿੰਘ ਜੀ ਦੀ ਸ਼ਹਾਦਤ ਨੂੰ ਚੇਤੇ ਕਰਕੇ ਸਬਰ ਦਾ ਘੁੱਟ ਪਰ ਲੈਂਦੇ ਨੇ ਹੁਣ ਤੱਕ ਅਰਧ ਸੈਂਕੜੇ ਤੋਂ ਵੱਧ ਕੇ ਮੌਤਾ ਨੇ ਇਤਿਹਾਸ ਮੋੜ ਦੋਹਰਾ ਦਿੱਤਾ ਬਜ਼ੁਰਗ ਮਾਮਾ ਠੰਡੇ ਬੁਰਜ ਨੂੰ ਯਾਦ ਕਰਕੇ ਸਬਰ ਦਾ ਪਿਆਲਾ ਪੀ ਲੈਂਦੀਆਂ ਨੇ ਇੰਨਾ ਇੰਨੀਆਂ ਜਾਨਾਂ ਕੁਰਬਾਨ ਕਰਦੋਂ ਬਾਅਦ ਵੀ ਜੁਝਾਰੂ ਜੋਧਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਰੇ ਇੱਕ ਬਾਪ ਇੱਕ ਬਾਪ ਨੌਜਵਾਨ ਪੁੱਤ ਦਾ ਸੇਵਾ ਠੰਡਾ ਹੋਣ ਤੋਂ ਪਹਿਲਾਂ ਹੀ ਪੁੱਤ ਦੇ ਨਾਂ ਦੀ ਤਖਤ ਹੀ ਲੈ ਕੇ ਸੰਘਰਸ਼ ਵਿੱਚ ਸ਼ਾਮਲ ਹੋ ਜਾਂਦਾ 시ਗਾਸ ਜਿੱਤ ਦੇ ਨੇੜੇ ਪਹੁੰਚ ਚੁੱਕਾ ਸਰਕਾਰ ਬਹੁਤ ਕੁਝ ਬਣ ਗਈ ਆ ਪਰੰਤੂ ਕੁਝ ਗੱਲਾਂ ਕਰਕੇ ਮਾਮਲਾ ਅੜਕੇ ਹੋਇਆ ਬਸ ਗੱਲ ਹੁਣ ਨੱਕ ਦੀ ਹੈ ਨੱਕ ਨਹੀਂ ਰਹੇਗਾ ਇਸ ਨੱਕ ਨੇ ਪੰਜਾਬ ਅੰਦਰ ਸਤਾਤ ਤਲੀ ਧਿਰ ਦੇ ਆਗੂਆਂ ਖਿਲਾਫ ਬਗਾਵਤ ਦਾ ਬਿਗਲ ਬਜਾ ਦਿੱਤਾ ਹੁਣ ਤੱਕ ਕਿੰਨੀਆਂ ਹੀ ਜਾਣਾਂ ਗੋ ਆ ਚੁੱਕੀਆਂ ਬਹੁਤ ਕੁਝ ਭਾਵ ਹੀ ਲਿਆ ਬੱਦੀ ਗੱਲ ਲੋਕਾਂ ਵਿੱਚ ਰਾਜਨੀਤਿਕ ਚੇਤਨਾ ਵਧੀ ਹੈ ਇਸ ਸੰਘਰਸ਼ ਨੇ ਰਵਾਇਤੀ ਸਿਆਸੀ ਤਰ੍ਹਾਂ ਦੇ 도ਗਲੇ ਕਰਦਾਰਾਂ ਨੂੰ ਨਸ਼ਟ ਕਰ ਦਿੱਤਾ ਸਾਲਾਂ ਪਹਿਲਾਂ ਵਿਛਲੇ ਰਿਸ਼ਤਿਆਂ ਨੂੰ ਆਪਣਿਆਂ ਦੀ ਯਾਦ ਆ ਗਈ ਹੈ ਸਾਂਝੇ ਪਰਿਵਾਰਾਂ ਵਾਲਾ ਹੁਣ ਮਾਹੌਲ ਸਿਰਜ ਗਿਆ ਇੱਕੋ ਛੱਤ ਸਾਂਝੇ ਚੁੱਲ੍ਹੇ ਤੀਰ ਮੇਰ ਦੀ ਕੁਰਤਣ ਲਗਭਗ ਹੁਣ ਖਤਮ ਹੋ ਗਈ ਹੈ ਇੱਕ ਪਾਸੇ ਜਰਨੈਲ ਸਿੰਘ ਕਿਸਾਨ ਇਕਤਾ ਦਾ ਨਾਅਰਾ ਲਾ ਰਿਹਾ ਤੇ ਦੂਜੇ ਪਾਸੇ ਹਰਿਆਣੇ ਵਾਲਾ ਤਾਊ ਹੁੱਕੇ ਦੇ ਸੁੱਟੇ ਮਾਰਦਾ ਨਾਲੇ ਦਾ ਜਵਾਬ ਗਰਮ ਜੋਸ਼ ਨਾਲ ਦਿੰਦਾ ਇਹ ਸਾਂਝਾਂ ਦੇਖ ਕੇ ਮਨ ਵਿੱਚ ਆ ਰਿਹਾ ਬੈਰਾਗ ਵੀ ਚਿਹਰੇ ਦੀ ਮੁਸਕਰਾਹਟ ਵਿੱਚ ਬਦਲ ਜਾਂਦਾ ਇਸ ਵੇਲੇ ਸਾਡੇ ਨੌਜਵਾਨਾਂ ਦੀ ਦੁਲਦਲ ਪੈਂਦੀ ਆ ਸਬਰ ਸਾਦਗੀ तहज़ीब ਤੇ ਵੱਡਿਆਂ ਦੇ ਸਤਿਕਾਰ ਪ੍ਰਤੀ ਖਿੱਚ ਕਾਲ ਜੇ ਠੰਡ ਪਾ ਦਿੰਦੀ ਆ ਨੌਜਵਾਨ ਕਿਸਾਨੀ ਦੇ ਝੰਡੇ ਨਾਲ ਇਰਦਗਰਦ ਘੁੰਮਦੇ ਕਲਗੀਧਰ ਪਾਸ਼ਾ ਜੀ ਦੁਆਰਾ ਬਖਸ਼ਿਸ਼ ਕੀਤੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਨਾਲ ਦਿੱਲੀ ਗੂੰਜਣ ਲਾ ਦਿੰਦੇ ਨੇ ਅਸੀਂ ਨਸ਼ੇੜੀ ਨਹੀਂ ਆ ਸਾਨੂੰ ਪੁਰਖਿਆਂ ਦੀ ਵਿਰਾਸਤ ਨੂੰ ਚਪਟ ਮਾਰਨ ਵਾਲੇ ਜੋ ਕਿ ਅਫਦਾਲੀਆਂ ਨਾਲ ਦੋ ਦੋ ਹੱਥ ਕਰਨੇ ਆਉਂਦੇ ਨੇ ਇਸ ਸੰਘਰਸ਼ ਹੁਣ ਕੋਈ ਆਮ ਨਹੀਂ ਰਿਹਾ ਪੂਰੇ ਵਿਸ਼ਵ ਭਰ ਦੇ ਲੋਕਾਂ ਦੀ ਨਜ਼ਰਾਂ ਇਸ ਸੰਘਾਸਰ 'ਤੇ ਟਿਕੀਆਂ ਹੋਈਆਂ ਨੇ ਕੁਝ ਬਕਾਉ ਚੈਨਲ ਨੂੰ ਛੱਡ ਕੇ ਵਿਸ਼ਵ ਭਾਰ ਦੇ মিডিਏ ਨੇ ਇਸ ਸੰਘਰਸ਼ ਨੂੰ ਬਾਕੂਬੀ ਦੇ ਨਾਲ ਆਵਾਰਿਆ ਪੂਰੀ ਤਰ੍ਹਾਂ ਖਾਲਸਾ ਏਡ ਵਰਗੀਆਂ ਸਲਮਾਨ ਜੋਗ ਸਮਾਜ ਸਥਿਤੀ ਸੰਸਥਾਵਾਂ ਨੇ ਇਸ ਅੰਦੋਲਨ ਵਿੱਚ ਨਵੇਂ ਰੂਪ ਫੋਕਣ ਲਈ ਹੈਰਾਨੀਜਨਕ ਫੈਸਲੇ ਦੇ ਕੇ ਹਰ ਸੰਭਵ ਯੋਗਦਾਨ ਪਾਇਆ ਉਸ ਤਰ੍ਹਾਂ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਖਾਸ ਏਡ ਦੇ ਇਸ ਜਗ ਵਿੱਚ ਪਾਏ ਜਾ ਰਹੇ ਬੜਮੁੱਲੇ ਯੋਗਦਾਨ ਦੀ ਪੂਰੀ ਤਰ੍ਹਾਂ ਪ੍ਰਸ਼ੰਸਾ ਕਰਨੀ ਬਣਦੀ ਆ ਇਨਸਾਨੀਅਤ ਨਾਲ ਮੋਹ ਰੱਖਣ ਵਾਲੇ ਉਹ ਚਾਹੇ ਹਿੰਦੂ ਚਾਹੇ ਸਿੱਖ ਮੁਸਲਮ ਅਸਾਈ ਬੋਧੀ ਜੈਨੀ ਮਜ਼ਦੂਰ ਵਪਾਰੀ ਆਰਤੀ ਦੁਕਾਨਦਾਰ ਮੁਲਾਜ਼ਮ ਗੱਲ ਕੀ ਕਿ ਹਰ ਵਰਗ ਨੇ ਇਸ ਸੰਘਰਸ਼ ਨੂੰ ਤਨ ਮਨ ਤਨ ਨਾਲ ਭਾਈਚਾਰਕ ਇਕਤਤਾ ਨਾਲ ਲੜਨ ਦਾ ਸੰਕਲਪ ਜੜ ਕੀਤਾ ਕਿਸਾਨ ਜਥੇਬੰਦੀਆਂ ਨੇ ਇਸ ਸੰਘਰਸ਼ ਨੂੰ ਰਾਜਨੀਤਿਕ ਆਗੂਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਲੋਕਤੰਤਰੀ ਲੜਨ ਲਈ ਐਮਪੂ ਮੌਕਾ ਉਹਨਾਂ ਨੇ ਨਵਾਈ ਇਸ ਦੇ ਚ ਜਿਸ ਦਾ ਗੱਲ ਹੈ ਹਰ ਵਰਗ ਦੇ ਸੰਘਰਸ਼ ਜਿਤਨਾ ਸਤ ਕਹੇ ਸੰਘਰਸ਼ ਸਵੇਦਨ ਸ਼ਿਲ ਮੋਰਤੇ ਆ ਕੇ ਖੜਾ ਹੋਣ ਹੋ ਗਿਆ ਜਿੱਥੇ ਅਸੀਂ ਇਸ ਸੰਘਰਸ਼ ਨੂੰ ਜਿੱਤਣ ਲਈ ਦਿਲੋਂ ਦੁਆ ਕਰਦੇ ਹਾਂ ਉੱਥੇ ਹੀ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਪਰਜਾ ਰਾਜਾਂ ਦੀ ਧੀ ਪੁੱਤ ਹੋਇਆ ਕਰਦੀ ਆ ਲੋਕ ਹਕੂਮਤ ਦੇ ਮੁਖੀ ਦਾ ਪਰਿਵਾਰ ਹੁੰਦੇ ਨੇ ਸੋ ਕਿਰਪਾ ਕਰਕੇ ਸਮਸਤੇ ਨੂੰ ਕਸਾਜ ਅਤੇ ਬੰਦੀਆਂ ਦੇ ਆਗੂਆਂ ਨਾਲ ਬਿਠਾ ਕੇ ਨਪਟਾਲ ਲੈਣ ਨਾਲ ਹੀ ਤੇਰੀ ਦੇਸ਼ ਦੀ ਇਕਤਾ ਖੰਡਾ ਲਈ ਜੁਕਿਆ ਹੈ ਜਿਹੜਾ ਚੁੱਕਿਆ ਹੈ ਕਦਮ ਬਹੁਤ ਜਿਆਦਾ ਸਹਾਯੋਗ ਹੋਵੇਗਾ ਅੰਤ ਵਿੱਚ ਗੁਰੂ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਦੇ ਆ ਕਿ ਗੁਰੂ ਪਾਤਸ਼ਾਹ ਭੁੱਲੇ ਬਿਸਰੇ ਨੂੰ ਸਮਤ ਬਖਸ਼ਣ ਕਰਮ ਇਸ ਸੰਗਤ ਵਿੱਚ ਕਰਮਾਨ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕੱਲ ਦਾ ਸੋਰਚਣ ਤੋਂ ਪਹਿਲਾਂ ਸਭ ਤੋਂ ਪਹਿਲੀ ਬਸ ਖਬਰ ਖੁਸ਼ੀ ਦੀ ਹੀ ਹੋਵੇ ਕਿ ਕਿਸਾਨਾਂ ਨੇ ਆਪਣੇ ਜੋ ਮੰਗਾ ਸਨ ਮਨਵਾ ਲਈਆਂ ਅਤੇ ਮੋਰਚਾ ਫਤਿਹ ਕਰ ਲਿਆ ਬਸ ਇਹੀ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਸ਼ਮੀ ਚਾਜ ਇਸ ਦੇ ਨਾਲ ਹੀ ਆਪ ਸਭ ਤੋਂ ਇਜਾਜ਼ਤ ਚਾਹੁੰਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ